ਸੋ ਤੁਸੀਂ ਰਿਕੋਲਡ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube Farmer Channel ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਕਿਸਾਨਾਂ ਦੇ ਲਈ ਮੌਸਮ ਦੀ ਅਪਡੇਟ 26 ਤੋਂ 30 ਦਸੰਬਰ ਦੀ ਲੈ ਕੇ ਹਾਜ਼ਰਾਂ ਜਾਨੀ ਅੱਜ ਤੋਂ ਲੈ ਕੇ 30 ਦਸੰਬਰ ਤੱਕ ਕੀ ਮੌਸਮ ਵਿੱਚ ਹਲਚਲ ਹੋਵੇਗੀ ਕਿਹੜੇ ਦਿਨਾਂ ਵਿੱਚ ਕਿੰਨਾ ਮੀਂਹ ਪਵੇਗਾ ਸੋ ਜਿਵੇਂ ਕਿ ਆਪਾਂ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ ਕਿ 26 ਤੋਂ ਲੈ ਕੇ ਅਗਲੇ 2-3 ਦਿਨ ਯਾਨੀ ਕਿ 27-28 ਤੱਕ ਪੰਜਾਬ ਵਿੱਚ ਮੌਸਮ ਵਿਗੜਿਆ ਹੋਇਆ ਦੇਖਣ ਨੂੰ ਮਿਲੂਗਾ ਬੱਦਲਵਾਈ ਨਾਲ ਮੀਂਹ ਦੇ ਹਾਲਾਤ ਪੰਜਾਬ ਵਿੱਚ ਬਣ ਗਏ ਤਾਂ ਉਸੇ ਜਾਣਕਾਰੀ ਦੀ ਜੋ ਅੱਜ ਦੀ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਲਈ ਹਾਜ਼ਰਾਂ ਜੇਕਰ 26 ਦਸੰਬਰ ਦੀ ਗੱਲ ਕਰੀ ਤਾਂ ਸਵੇਰ ਦੇ ਸਮੇਂ ਤੋਂ ਬੱਦਲਵਾਈ ਪੰਜਾਬ ਦੇ ਆਪਾਂ ਨੂੰ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਣ ਨੂੰ ਮਿਲੂਗੀ ਮੀਂਹ ਦੇ ਹਾਲਾਤ ਅੱਜ 26 ਦਸੰਬਰ ਨੂੰ ਪੰਜਾਬ ਵਿੱਚ 40 ਤੋਂ ਲੈ ਕੇ 60% ਅਸਾਰ ਨੇ ਕਿ ਮੀਂਹ ਪਵੇਗਾ ਮੀਂਹ ਦੇ ਜੇਕਰ ਇਲਾਕਿਆਂ ਦੀ ਗੱਲ ਕਰੀ ਤਾਂ ਮੀਂਹ ਦਾ ਪਹਿਲਾ ਸਮਾਂ ਲਗਭਗ ਦੁਪਹਿਰ ਦੇ ਆਸ-ਪਾਸ ਤੋਂ ਸ਼ੁਰੂ ਹੋਣ ਦੇ ਹਾਲਾਤ ਨੇ ਕਈ ਹਿੱਸਿਆਂ ਵਿੱਚ ਬੂੰਦਾਬੰਦੀ ਥੋੜ੍ਹਾ ਜਿਹਾ ਸਮਾਂ ਪਹਿਲਾਂ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਦੁਪਹਿਰ ਤੋਂ ਲੈ ਕੇ ਰਾਤ ਅੱਧੀ ਰਾਤ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦਾ ਮੀਂਹ ਦੇਖਣ ਨੂੰ ਮਿਲੇਗਾ ਇਦੇ ਵਿੱਚ ਜਿਹੜੇ ਇਲਾਕਿਆਂ ਵਿੱਚ ਪਹਿਲਾਂ ਗੱਲ ਕਰਦੇ ਵੀ ਜਿਨ੍ਹਾਂ ਵਿੱਚ ਜ਼ਿਆਦਾ osaur ਬਣੇ ਹੋਏ ਨੇ ਤਾਂ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਇਲਾਕੇ ਹੋਣਗੇ ਉਹਨਾਂ ਵਿੱਚ ਮੀਦੇ osaur ਹੋਣਗੇ ਜਿਵੇਂ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਹੋ ਗਿਆ ਫਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਦੇ ਇਲਾਕੇ ਆਪਣੇ ਬਠਿੰਡਾ ਹੋ ਗਿਆ ਮਾਨਸਾ ਬਰਨਾਲਾ ਇਸ ਤੋਂ ਇਲਾਵਾ ਕੁਝ ਮੁਗਈ ਜ਼ਿਲ੍ਹੇ ਦੇ ਭਾਗ ਹੋ ਗਏ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਪਟਿਆਲੇ ਤੱਕ ਦੇ ਇਲਾਕੇ ਸੋ ਇਹਨਾਂ ਹਿੱਸਿਆਂ ਦੇ ਵਿੱਚ ਅੱਜ ਮੀਂਹ ਦੇ ਹਾਲਾਤ ਧੀਰਾ ਤੱਕ ਬਣੇ ਰਹਿਣਗੇ ਤੇ ਕਈ ਇਲਾਕਿਆਂ ਵਿੱਚ ਥੋੜਾ ਜਿਹਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇੱਕ ਦੋ ਇਲਾਕਿਆਂ ਵਿੱਚ ਤੇਜ਼ ਸ਼ਰਾਟੇ ਪੈ ਸਕਦੇ ਨੇ ਤੇ ਹੋ ਸਕਦਾ ਹੈ ਕਿ ਇੱਕ ਦੋ ਭਾਗਾਂ ਵਿੱਚ ਹਲਕੀ ਫੁਲਕੀ ਗੜੇਮਾਰੀ ਵੀ ਦੋ ਹੋ ਸਕਦੀ ਹੈ ਕਿਉਂਕਿ ਟੈਂਪਰੇਚਰ ਡਾਊਨ ਆਏ ਹੋਏ ਨੇ ਜਿਸ ਕਰਕੇ ਅਜਿਹੇ ਹਾਲਾਤ ਇੱਕ ਦੋ ਭਾਗਾਂ ਵਿੱਚ ਬਣ ਸਕਦੇ ਨੇ ਉਸ ਤੋਂ ਬਿਨਾਂ ਗੱਲ ਕਰੀ ਉੱਤਰ ਪੱਛਮੀ ਇਲਾਕਿਆਂ ਦੀ ਜਿਹਦੇ ਵਿੱਚ ਅਮਰਸਰ ਗੁਰਦਾਸਪੁਰ ਪਠਾਨਕੋਟ ਹੋ ਗਿਆ ਕੁਝ ਭਾਗ ਤਰਨਤਾਰਨ ਸਾਹਿਬ ਦੇ ਹੋਗੇ ਯਾਨੀ ਕਿ ਇਹ ਮਾਝੇ ਦਾ ਇਲਾਕਾ ਹੋ ਗਿਆ ਦੁਆਬਾ ਜਲੰਧਰ ਕਪੂਰਥਲਾ ਹੁਸ਼ਿਆਰਬੋਲ ਨਵਾਂ ਸ਼ਹਿਰ ਇਨ੍ਹਾਂ ਇਲਾਕਿਆਂ ਵਿੱਚ ਵੀ ਮੀਂਹ ਰੱਗ-ਪੱਗ ਸ਼ਾਮ ਜਾਂ ਰਾਤ ਦੇ ਆਸ-ਪਾਸ ਦੇਖਣ ਨੂੰ ਮਿਲੂਗਾ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨਾ ਰਹੇਗਾ ਜ਼ਿਆਦਾ ਸਾਰ ਉਹਨਾਂਗੇ ਕਿ ਮੀਂਹ ਥੋੜਾ ਜਿਹਾ ਹਲਕਾ ਹੀ ਰਹੇਗਾ ਇੱਕ ਦੋ ਭਾਗਾਂ ਵਿੱਚ ਦਰਮਿਆਨੇ ਪੱਧਰ ਦੇ ਸਪੈਲ ਲੱਗ ਸਕਦੇ ਨੇ ਪਰ ਕੋਈ ਬਹੁਤ ਜ਼ਿਆਦਾ ਤਕੜਾ ਜਾਂ ਲੰਬੇ ਸਮੇਂ ਦਾ ਮੀਂਹ ਪੈਣ ਦੇ ਅਸਰ ਨਹੀਂ ਹੋਣਗੇ ਕਿਉਂਕਿ ਇਹ ਸਿਸਟਮ ਕੋਈ ਬਹੁਤ ਜ਼ਿਆਦਾ ਤਕੜਾ ਰੂਪ ਵਿੱਚ ਪੰਜਾਬ ਉੱਪਰ ਪ੍ਰਭਾਵ ਨਹੀਂ ਦਿਖਾਵੇਗਾ ਕਿਉਂਕਿ ਇਹਦਾ ਜੋ ਇਹਦੀ ਇੰਟੈਂਸਿਟੀ ਸੋ ਕੁੱਲ ਮਿਲਾ ਕੇ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਾਂ ਨੂੰ ਦੁਪਹਿਰ ਦੇ ਆਸ-ਪਾਸ ਤੋਂ ਲੈ ਕੇ ਰਾਤ ਅੱਧੀ ਰਾਤ ਤੱਕ ਮੀਂਹ ਦੇ ਹਾਲਾਤ ਬਣਦੇ ਹੋਏ ਦੇਖਣ ਨੂੰ ਮਿਲਣਗੇ 27 ਦਸੰਬਰ ਦੀ ਜੇ ਗੱਲ ਕਰੀ ਤਾਂ 27 ਦਸੰਬਰ ਨੂੰ ਬੇਸਤਰਾਂ ਟੁੱਟਵੇਂ ਰੁਪਏ ਵਿੱਚ ਬੱਦਲਵਾਈ ਬਣੀ ਰਹੇਗੀ ਕਿਉਂਕਿ ਇਸ ਸਿਸਟਮ ਦੇ ਅੱਗੇ ਗੁਜਰਨ ਦੇ ਸਾਰੇ ਇੱਕ ਹੋਰ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਹਾਲਾਂਕਿ ਉਹ ਹਲਕਾ ਰਹੇਗਾ ਪਰ ਬੱਦਲਵਾਈ ਬਣੀ ਰਹੇਗੀ ਪੰਜਾਬ ਵਿੱਚ ਟੁੱਟਵੇਂ ਰੁਪਏ ਵਿੱਚ ਨਾਲ ਕਈ ਇਲਾਕਿਆਂ ਵਿੱਚ ਧੁੱਪ ਦਾ ਮੌਲ 27-28 ਦਸੰਬਰ ਨੂੰ ਹਲਕੀ ਮੱਧਮ ਧੁੱਪ ਰਹੇਗੀ ਦੇ ਨਾਲ ਬੱਦਲਵਾਈ ਵੀ ਕਈ ਹਿੱਸਿਆਂ ਵਿੱਚ ਸੰਘਣ ਰੂ ਸੋ ਇਨਾ ਦਿਨਾਂ ਦੇ ਵਿੱਚ ਵੀ ਹਲਕੇ ਫੁਲਕੇ ਮੀਂਹ ਦੀਆਂ ਬੁਚਾਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਛੋਟੇ ਮੋਟੇ ਸਪੈਲ ਲੱਗ ਸਕਦੇ ਨੇ ਟਟਵੇਂ ਰੂਪ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕਿਉਂਕਿ ਜਦੋਂ ਬੱਦਲ ਆਏ ਆਵਾਜਾਈ ਦੌਰਾਨ ਪੰਜਾਬ ਵਿੱਚ ਆਉਂਦੇ ਜਾਂਦੇ ਪੈਚੀ ਰੂਪ ਵਿੱਚ ਹਲਕੀਆਂ ਫੁਲਕੀਆਂ ਮੀਂਹ ਦੀਆਂ ਬੁਚਾਰਾਂ ਦੇਣਗੇ ਤੇ ਇਸ ਦੇ ਬਾਅਦ 29 ਦਸੰਬਰ ਦੀ ਗੱਲ ਕਰੀ ਤਾਂ 29 ਦਸੰਬਰ ਨੂੰ ਮੌਸਮ ਪੰਜਾਬ ਦਾ ਥੋੜਾ ਜਿਹਾ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਹਲਕੀ ਟੁੱਟਵੀਂ ਬੱਦਲਵਾਈ ਹਾਲਾਂਕਿ ਬਣੀ ਰਹੇਗੀ ਕਿਉਂਕਿ ਇਹ ਸਿਸਟਮ ਪੂਰੀ ਤਰ੍ਹਾਂ ਗੁਜਰਨ ਤੱਕ ਇਹਨੂੰ ਲਗਭਗ 30 ਦਸੰਬਰ ਦਾ ਸਮਾਂ ਲੱਗ ਸਕਦਾ ਹੈ ਸੋ ਜਿਸ ਕਰਕੇ 29 ਦਸੰਬਰ ਨੂੰ ਹਲਕੀ ਬੁਲਕੀ ਬੱਦਲਵਾਈ ਦਰਮਿਆਨ ਤੁਪ ਦਾ ਮਾਹੌਲ ਰਹੇਗਾ ਇੱਕ ਦੋ ਹਿੱਸਿਆਂ ਵਿੱਚ ਥੋੜਾ ਬਹੁਤ ਹਲਕਾ ਫੁਲਕਾ